ਨਮਸਕਾਰ ਖਬਰਾਂ ਦੇ ਸਪਲੇਟਿੰਗ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪੇਸ਼ ਨੇ ਹੋਂ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਤਾਮਿਲਨਾਡੂ ਦੌਰੇ ਦੌਰਾਨ ਚੇਨਈ ਵਿੱਚ 8000 ਕਰੋੜ ਰੁਪਏ ਤੋਂ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਨਾ ਸਿਰਫ ਜਲ ਸੰਭਾਲ ਦੇ ਤਰੀਕਿਆਂ ਨੂੰ ਅਪਣਾਉਣ ਸਗੋਂ ਪੂਰੇ ਇਤਿਹਾਸ ਵਿੱਚ ਰਿਕਾਰਡ ਉਤਪਾਦਨ ਲਈ ਵਧਾਈ ਦਿੱਤੀ ਉਨਾ ਕਹਾ ਕਿ ਇਤਿਹਾਸਕ ਸ਼ਾਨਦਾਰ ਅਨੇਕਤ ਇਸ ਦਾ ਸਪੂਤੇ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਤਾਮਿਲਨਾਡੂ ਵਿੱਚ ਸਿੰਚਾਈ ਵਿੱਚ ਸੁਧਾਰ ਕਰੇਗੀ ਜਿਸ ਨਾਲ 227000 ਹੈਕਟੇਰ ਰਕਬੇ ਵਿੱਚ ਕਿਸਾਨਾਂ ਨੂੰ ਲਾਭ ਮਿਲੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਖੇਤੀਬਾੜੀ ਵੀ ਸੁਧਾਰ ਹੁੰਦਾ ਹੈ ਤਾਂ ਦੇਸ਼ ਤਰੱਕੀ ਕਰਦਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਹਰ ਬੂਨ ਤੋਂ ਵਧੇਰੇ ਫਸਲ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਪਾਰਤੀ ਮਛੇਰੇ ਦੇ ਹਿੱਤਾਂ ਦੀ ਰੱਖਿਆ ਕਰੇਗੀ ਉਹਨਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਜੇਲ੍ਹਾਂ ਵਿੱਚ ਇਸ ਸਮੇਂ ਕੋਈ ਵੀ ਮਛੇਰਾ ਬੰਦ ਨਹੀਂ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਮਗਰੋਂ 1600 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਸ਼੍ਰੀਲੰਕਾ ਦੀ ਹਿਰਾਸਤ ਵਿੱਚ 313 ਕਿਸ਼ਤੀਆਂ ਨੂੰ ਵੀ ਛੁਡਵਾਇਆ ਗਿਆ ਪ੍ਰਧਾਨ ਮੰਤਰੀ ਨੇ ਚੇਨਈ ਮੈਟਰੋ ਦੇ ਪਹਿਲੇ ਚਰਨ ਦੇ ਵਿਸਥਾਰਤਾ ਵੀ ਉਦਘਾਟਨ ਕੀਤਾ ਮੈਟਰੋ ਰੇਲ ਦਾ ਇਹ ਚਰਨ 3770 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਮੈਟਰੋ ਰੇਲ ਦੀਆਂ ਯਾਤਰੀ ਸੇਵਾਵਾਂ ਨੂੰ ਵਾਸ਼ਰਮਨਪੇਟ ਤੋਂ ਵਿਮਕੋਨਗਰ ਲਈ ਚੰਡੀ ਵਖਾ ਕੇ ਰਵਾਨਾ ਕੀਤਾ। ਮੈਟਰੋ ਰੇਲ ਦਾ 9.5 ਕਿਲੋਮੀਟਰ ਲੰਬਾ ਇਹ ਵਿਸਥਾਰ ਟਰੈਕ ਨਾਰਥ ਚੇਨਈ ਨੂੰ ਹਵਾਈ ਅੱਡੇ ਅਤੇ ਸੈਂਟਰਲ ਰੇਲਵੇ ਸਟੇਸ਼ਨ ਦੇ ਨਾਲ ਜੁੜੇਗਾ। ਕੇਂਦਰ ਨੇ ਕਿਹਾ ਕਿ ਦੇਸ਼ ਭਾਰ ਵਿੱਚ ਹੁਣ ਤੱਕ 80 ਲੱਖ 52 ਹਜ਼ਾਰ ਤੋਂ ਵੱਧ ਲਾਪਾਤਰੀਆਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਸਯੁਕਤ ਸਕੱਤਰ ਡਾਕਟਰ ਮਨਦੀਪ ਭੰਡਾਰੀ ਨੇ ਕਿਹਾ ਕਿ ਟੀਕਾ ਕਰਨ ਦੀ ਦੂਜੀ ਡੋਜ਼ ਦੇਣ ਦਾ ਕੰਮ ਕੱਲ ਤੋਂ ਦੇਸ਼ ਭਾਰ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਦੂਜੀ ਡੋਜ਼ 28 ਦਿਨਾਂ ਬਾਅਦ ਉਨ੍ਹਾਂ ਲਾਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ ਜੋ ਪਹਿਲੀ ਡੋਜ਼ ਲੈ ਚੁੱਕੇ ਨੇ। ਉਨ੍ਹਾਂ ਕਿਹਾ ਕਿ ਹੁਣ ਤੱਕ 7668 ਸੇ ਸੰਭਾਲ ਵਰਕਰਾਂ ਨੂੰ ਦੂਜੇ ਗੇੜ ਵਿੱਚ ਕੋਵਿਡ-19 ਟੀਕੇ ਦੀ ਡੋਜ਼ ਦਿੱਤੀ ਆ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਹੁਣ ਤੱਕ 59 ਲੱਖ ਤੋਂ ਵੱਧ ਸੇ ਸੰਭਾਲ ਡਾਕਟਰਾਂ ਤੇ 21 ਲੱਖ ਤੋਂ ਵੱਧ ਫਰੰਟਲਾਈਨ ਵਰਕਰਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਚੁੱਕਾ ਹੈ ਭੰਡਾਰੀ ਨੇ ਦੱਸਿਆ ਕਿ ਦੇਸ਼ ਦੇ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 70% ਤੋਂ ਵੱਧ ਰਜਿਸਟਰਡ ਸੇਤ ਸੰਭਾਲ ਵਰਕਰਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਇਹਨਾਂ ਸੂਬਿਆਂ ਵਿੱਚ ਬਿਹਾਰ, ਲਖਸ਼ਦੀਪ, ਤ੍ਰਿਪੁਰਾ, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਛੱਤੀਸਗੜ, ਕੇਰਲ, ਰਾਜਸਥਾਨ ਮਝੋਰਾ ਅਤੇ ਸਿੱਕਮ ਸ਼ਾਮਿਲ ਨੇ 7 ਹੋਰ ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 40% ਤੋਂ ਘੱਟ ਸ ਹੈ ਜਿਨ੍ਹਾਂ ਵਿੱਚ ਮੈਂ ਗੱਲ ਆ ਪੰਜਾਬ ਮਣੀਪੁਰ ਤਾਮਿਲਨਾਡੂ ਚੰਡੀਗੜ੍ਹ ਨਾਗਾਲੈਂਡ ਤੇ ਇਹ ਪੁੱਟੂਚਿਰੀ ਸ਼ਾਮਿਲ ਨੇ ਪੰਜਾਬ ਵਿੱਚ 8 ਨਗਰ ਨਿਗਮ ਅਤੇ 109 ਮਿਊਂਸੀਪਲ ਕਾਉਂਸਲ ਅਤੇ ਮਿਊਂਸੀਪਲ ਪੰਚਾਇਤਾਂ ਲਈ ਵੋਟਾਂ ਪਾਉਣ ਦਾ ਕੰਮ ਕੁੱਲ ਮਿਲਾ ਕੇ ਅਮਨ ਅਮਾਨ ਨਾਲਸ ਦਾ ਸਮਾਪਤ ਹੋ ਗਿਆ। ਇਹਨਾਂ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਸਨ। મતદાન ਸਵੇਰੇ 8 ਵਜੇ ਸ਼ੁਰੂ ਹੋਇਆ ਜੋ ਬਾਅਦ ਦੁਪਹਿਰ 4 ਵਜੇ ਤੱਕ ਚੱਲ ਰਿਹਾ। ਕਈ ਥਾਈਂ 4 ਵਜੇ ਤੋਂ ਬਾਅਦ ਵੀ ਵੋਟਰ ਮਤਾਨ ਦਾ ਇੰਤਜ਼ਾਰ ਕਰ ਰਹੇ ਸਨ। ਸੁਭਾ ਚੋਣ ਕਮਿਸ਼ਨ ਅਨੁਸਾਰ 4 ਵਜੇ ਤੱਕ ਮਤਾਨੰਦਰ ਦਾਖਲ ਹੋਣ ਵਾਲੇ ਸਾਰੇ ਹੀ ਵੋਟਰਾਂ ਦਾ મતદાન ਮੁਕੰਮਲ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਇਹਨਾਂ ਚੋਣਾਂ ਲਈ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। 8 ਵਜੇ ਤੋਂ ਹੀ ਲੋਕਾਂ ਨੇ ਪੋਲਿੰਗ ਬੂਥਾਂ ਤੇ ਆਉਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਅਤੇ ਬਟਾਲਾ ਦੇ ਇੱਕ-ਇੱਕ ਪੋਲਿੰਗ ਬ ਮਹੱਤਾਂ ਰੁਕਿਆ ਪਰ ਬਾਅਦ ਵਿੱਚ ਨਵੇਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਜਿਸ ਸਮਗਰੋ ਸਚਾਰੂ ਟਾਂਗ ਨਾਲ ਮਹੱਤਾਂ ਸ਼ੁਰੂ ਹੋਇਆ ਬਟਾਲਾ ਤੇ ਬਠਿੰਡਾ ਦੇ ਕੁਝ ਬੂਥਾਂ ਤੇ ਜਾਲੀ ਵੋਟਾਂ ਦੀਆਂ ਸ਼ਿਕਾਇਤਾਂ ਕਾਰਨ ਉਮੀਦਵਾਰਾਂ ਵਿਚਾਲੇ ਤੱਕਾ ਮੁੱਕੀ ਹੋਈ ਇਨ੍ਹਾਂ ਮਿਊਨਿਸਪਲ ਚੋਣਾਂ ਵਿੱਚ ਸੂਬੇ ਭਰ ਵਿੱਚ 9222 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਅਮ੍ਰਿਤਸਰ ਜ਼ਿਲ੍ਹੇ ਦੀਆਂ ਅਜਨਾਲਾ, ਮਜੀਠਾ, ਰਮਦਾਸ ਰਈਆ, ਜੰਡਿਆਲਾ, ਗੁਰੂਨਗਰ ਕੌਂਸਲਰ ਅਤੇ ਅਮ੍ਰਿਤਸਰ ਦੇ ਵਾਰਡ ਨੰਬਰ 37 ਦੇ ਲਈ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋਇਆ। ਪਹਿਲੇ ਇੱਕ ਘੰਟੇ ਦੌਰਾਨ ਇਹਨਾਂ ਹਲਕਿਆਂ ਵਿੱਚ 9% ਦੇ ਕਰੀਬ ਪੋਲਿੰਗ ਹੋਈ। ਇਹਨਾਂ ਨਗਰ ਕੌਂਸਲਾਂ ਅਤੇ ਅਮ੍ਰਿਤਸਰ ਦੇ 37 ਨੰਬਰ ਵਾਰਡ ਵਿੱਚ ਕੁੱਲ ਮਿਲਾ ਕੇ 295 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਅਮ੍ਰਿਤਸਰ ਜ਼ਿਲ੍ਹੇ ਵਿੱਚ 88 ਮਿਊਂਸਪਲ ਵਾਰਡਾਂ ਦੇ ਲਈ 84 ਪੋਲਿੰਗ ਬੂਥ ਬਣਾਏ ਗਏ ਸਨ ਅੰਮ੍ਰਿਤਸਰ ਸ਼ਹਿਰ ਦੇ 37 ਨੰਬਰ ਵਾਰਡ ਦੇ ਬੂਥ ਨੰਬਰ 7 ਦੇ ਇਲੈਕਟ੍ਰੋਨਿਕ VOTING ਮਸ਼ੀਨ ਖਰਾਬ ਹੋਣ ਕਾਰਨ ਮਤਨ ਲਈ ਕੁਝ ਸਮੇਂ ਲਈ ਵਿਗਨ ਪਿਆ ਮਸ਼ੀਨ ਬਦਲਨ ਮਗਰੋਂ ਮਤਨ ਦਾ ਕੰਮ ਮੁੜ ਤੋਂ ਸ਼ੁਰੂ ਹੋਇਆ ਪ੍ਰਸਾਰ ਪਾਰਟੀ ਦੇ ਨੁਮਾਇੰਦੇ ਅਨੁਸਾਰ ਦੁਪਹਿਰ 2 ਵਜੇ ਤੱਕ ਰਮਦਾਸ ਵਿੱਚ 71% ਪੋਲਿੰਗ ਹੋ ਚੁੱਕੀ ਸੀ ਇਸ ਸਮੇਂ ਤੱਕ ਸਭ ਤੋਂ ਘੱਟ ਮਤਨ ਅੰਮ੍ਰਿਤਸਰ ਦੇ 37 ਨੰਬਰ ਵਾਰਡ ਦੀ ਉਪਚੋਣ ਦੌਰਾਨ ਹੋਇਆ ਜੋ 42% ਦਰਜ ਕੀਤਾ ਗਿਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੋਟਾਂ ਪਵਾਉਣ ਦਾ ਕੰਮ ਵੀ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛਾੜ ਕੇ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਜ਼ਿਲ੍ਹੇ ਵਿੱਚ ਦੁਪਹਿਰ 2 ਵਜੇ ਤੱਕ 53% ਪੋਲਿੰਗ ਹੋ ਚੁੱਕੀ ਸੀ। ਸ਼੍ਰੀ ਹਰਗੋਬਿੰਦਪੁਰ ਵਿੱਚ ਭਾਰੀ ਮਾਤਾਂ ਦੇਖਣ ਨੂੰ ਮਿਲਿਆ। ਵੋਟਾਂ ਪਾਉਣ ਦੇ ਲਈ ਜ਼ਿਲ੍ਹੇ ਪਾਰ ਦੇ ਵਿੱਚ 242 ਬੂਥ ਬਣਾਏ ਗਏ ਸਨ। ਗੁਰਦਾਸਪੁਰ ਨਗਰ ਕੌਂਸਲ ਲਈ 99 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹਨਾਂ ਚੋਣਾਂ ਵਿੱਚ ਜ਼ਿਲ੍ਹੇ ਪਾਰ ਵਿੱਚ 607 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹਨਾਂ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਖਾਤ ਉਤਸ਼ਾਹ ਦੇਖਣ ਨੂੰ ਮਿਲਿਆ। ਉਮੀਦਵਾਰਾਂ ਦੀ ਕਿਸਮਤ VOTING ਮਸ਼ੀਨਾਂ ਵਿੱਚ ਬੰਦ ਹੋ ਗਈ ਹੈ ਤੇ ਹੁਣ ਸਾਰਿਆਂ ਨੂੰ 17 ਫਰਵਰੀ ਦਾ ਇੰਤਜ਼ਾਰ ਹੈ ਜਦ ਵੋਟਾਂ ਦੀ ਗਿਣਤੀ ਹੋਣੀ ਹੈ ਨਤੀਜੇ ਉਸੇ ਦਿਨ ਹੀ ਮਿਲਣ ਦੀ ਸੰਭਾਵਨਾ ਹੈ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ